ਵੇਖ ਬਹੁਤ ਅੱਲਾ ਕੀ ਹਾਲ ਕੀਤਾ ਕਿ ਉਹ ਘੱਟ ਗਏ ਸ਼ੀਸ਼ਾ ਨੂੰ ਵੀ ਘੱਟ ਗਿਆ ਵੇ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਵਾਲੇਕੁਮ ਮੈਂ ਹੋ ਜੀ ਬਿਲਾਲ ਤੋ ਆਜ ਹਮ ਬਣਾਏਗੇ ਜੀ ਪਕੌੜੇ ਕਿਉਂਕਿ ਅੱਜ ਬਾਹਰ ਬਾਰਿਸ਼ ਹੋ ਰਹੀ ਹੈ ਬਹੁਤ ਹੀ ਪਿਆਰਾ ਮੌਸਮ ਹੈ ਠੀਕ ਹੈ ਤੋ ਆਪਕੋ ਪਤਾ ਹੈ ਬਾਰਿਸ਼ ਮੇ ਪਕੌੜੇ ਖਾਣੇ ਕਾ ਤੋ ਆਪਣਾ ਹੀ ਮਜ਼ਾ ਹੈ ਨਾ ਤੋ ਆਜ ਹਮ ਇਨਸ਼ਾਅੱਲਾ ਬਹੁਤ ਹੀ ਮਜ਼ੇਦਾਰ ਪਕੌੜੇ ਬਣਾਏ ਸਭ ਤੋਂ ਪਹਿਲਾਂ ਜੀ ਆਲੂ ਡਾਲੇ ਇਹ ਹੈ ਪਾਲਕ ਪਾਲਕ ਮਿਰਚੀ ਔਰ ਗ੍ਰੀਨ ਚਿਲੀ ਇਹ ਹੈ ਜੀ ਜ਼ੀਰਾ ਇਹ ਹੈ ਜੀ ਕਰੀ ਪਾਊਡਰ ਇਹ ਜੀ ਅਜਵਾਇਨ ਇਹ ਹਮਾਰੇ ਹਰ ਖਾਣੇ ਮੇ ਅਜਵਾਇਨ ਆਤੀ ਹੈ ਇਹ ਬੇਸਨ ਇਹ ਜੀ ਆ ਗਏ ਪਿਆਜ਼ ਮਾਸ਼ਾਅੱਲਾ ਇਹ ਦਰਾ ਮਿਰਚ ਦਾਦਰ ਮਿਰਚ ਨਮਕ ਇਹ ਆ ਗਿਆ ਜੀ ਪਾਣੀ ਚਲੇ ਜੀ ਆ ਮਿਕਸ ਕਰੇ ਮੁਸ਼ਕਲ ਕਰਦੇ ਮੁਸ਼ਕਲ ਬਸ ਗਾਰ ਹੁਣ ਕਿੰਨਾ ਕੱਢਦੇ ਸਾਰੀ ਬੋਤਲ ਨੂੰ ਚੂੰਡ ਦਿੱਤੀ ਹੈ ਵੇਖ ਬੋਤਲ ਦਾ ਕੀ ਹਾਲ ਕੀਤਾ ਕਿ ਉਹ ਕੱਢ ਕੱਢ ਤੂੰ ਤਾਂ ਸ਼ੇਹਾਂ ਨੂੰ ਵੀ ਘੱਟ ਗਿਆ ਵੇ ਬਿਸਮਿਲ੍ਲਾ ਇਹ ਜੀ ਆਇਲ ਗਰਮ ਹੋ ਗਿਆ ਮਾਸ਼ਾਅੱਲਾ ਜੀ ਮਾਸ਼ਾਅੱਲਾ ਮੱਖਣੀ ਪਕੌੜੇ ਕੱਢਦੇ ਨੇ ਉਸਤਾਦ ਜੀ ਮੱਖਣੀ ਪਕੌੜੇ ਔਰ ਇਹ ਜੀ ਇਸਮੇ ਆਏਗੇ ਪਕੌੜੇ ਉਹ ਮੁਬਸ਼ਰ ਪੁੱਤਰ ਗੁੱਡ ਕਰ ਗਿਆ ਸਹੀ ਗੱਲ ਛਾਣਨੀ ਤਾਂ ਚੰਗੀ ਰੱਖੀ ਆ ਹੈ ਲਿਆ ਯਾਰ ਟਿਸ਼ੂ ਹੈ ਲਿਆ ਟਿਸ਼ੂ ਲਿਆ 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 ਆਏ ਹਾਏ ਮਾਸ਼ਾਅੱਲਾ ਜੀ ਮਾਸ਼ਾਅੱਲਾ ਮੈਂ ਢੋਣੇ ਚੈੱਕ ਕਰ ਲੈਣੇ ਨਮਕ ਹੈ ਜੇ ਵੀ ਅਭੀ ਤਿਆਰ ਹੋ ਰਿਹਾ ਸਲਾਦਾ ਰਾਇਤਾ ਬ੍ਰੇਕ ਬ੍ਰੇਕ ਐਸਾ ਯਾਰ ਯਾਰ ਅਭੀ ਸਭ ਕੁਝ ਡਾਲੇਂਗੇ ਸਬਰ ਤੋਂ ਕਰੋ ਕੀ ਕੀਤਾ ਜੀ ਪੁਦੀਨਾ ਨਾ ਕਰੀ ਯਾਰ ਨਹੀਂ ਬਸ ਮੈਂ ਖਾ ਗਿਆ ਦੋ ਗੁੱਛੀਆਂ ਹਨ ਆ ਤਾਂ ਦੋ ਹੀ ਕੱਟੀਆਂ ਜਿਹੜੀਆਂ ਉਹਨੇ ਚਿੱਠੀ ਬੋਦੀਆਂ ਨੇ ਉਹ ਥੋੜਾ ਹੋ ਗਿਆ ਜੀ ਮੈਂ ਆਈ ਉਹ ਗੱਲ ਢੇਲਾ ਵੇ ਛੋਟਾ ਜਿਹਾ ਢੇਲਾ ਉਹ ਸਾਰਾ ਸਾਫ ਕਰਕੇ ਕਿਹੜਾ ਢੇਲਾ ਆ ਵੇ ਮਲਾਈ ਬਣ ਗਈ ਯਾਰ ਜਵੇ ਉੱਠ ਪੈ ਬਿਸਮਿਲ੍ਲਾ ਪੜ੍ਹ ਕੇ ਛੋੜੋ ਘੜੇ ਯਾਰ ਸਾਰੇ ਹੈ ਉਹ ਕਿੱਥੇ ਗਿਆ ਕੀ ਨਾ ਉਹਦਾ ਅਲੱਗ ਰੱਖਾ ਬਹੁਤ 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 ਆਲਾ ਬਸ਼ਾ ਪੁੱਤਰ ਗੁੱਡ ਕਰ ਗਿਆ ਕਿਉਂ ਭੱਟੀ ਹੈ ਮਤਾ ਕੇ ਨਹੀਂ ਮੈਂ ਕਹਿਣਾ ਦੋ
ਨਹੀਂ ਹਲੇ 10 ਮਿੰਟ ਹੋਏ ਨੇ ਨਾਸ਼ਤਾ ਕੀਤਾ ਤੇ ਅਗੋਂ ਪਕੌੜੇ ਸ਼ੁਰੂ ਹੋ ਗਏ ਘਰ ਬੈਠੇ ਹੋ ਕਮਾਈਆਂ ਤੁਸੀਂ ਖਾਓ ਪੀਓ ਬਸ ਖਾਓ ਪੀਓ ਕੰਮ ਹੁੰਦੇ ਰਹਿਣਗੇ ਕਿੰਨੇ ਕਿੰਨੇ ਚਾਹ ਪੀਣੀ ਹੈ ਚਾਹ ਪੀਣੀ ਕਿਸੇ ਮੱਕੇ ਵਾਲੀ ਛਾਰ ਦੇ ਜਮਾਮ।